ਇਸਨ ਚ ਤਾਲਿਬਾਨ ਦੇ ਕਹਿਰ ਤੋਂ ਡਰਦੇ ਲੋਕ ਦੇਸ਼ ਛੱਡ ਕੇ ਭੱਜ ਰਹੇ ਹਨ ਇਸ ਸਮੇਂ ਦੌਰਾਨ ਕਈ ਖੌਫਨਾਕ ਦ੍ਰਿਸ਼ ਵੇਖਣ ਨੂੰ ਮਿਲ ਰਹੇ ਹਨ ਕਾਬਲ ਹਵਾਈ ਅੱਡੇ ਤੇ ਅਮਰੀਕੀ ਜਹਾਜ਼ 'ਤੇ ਚੜਨ ਦੀ ਕੋਸ਼ਿਸ਼ ਕਰਨ ਦੀਆਂ ਤਸਵੀਰਾਂ ਤੋਂ ਬਾਅਦ ਹੁਣ ਹਾਮਿਦ ਕਰਜ਼ਈ ਇੰਟਰਨੈਸ਼ਨਲ ਹਵਾਈ ਅੱਡੇ ਤੇ ਦਿਲ ਦਹਿਲਾਉਣ ਵਾਲੇ ਦ੍ਰਿਸ਼ ਸਾਹਮਣੇ ਆਏ ਹਨ ਯੂਕੇ 'ਚ ਪਨਾਹ ਲੈਣ ਵਾਲੇ ਅਫਗਾਨੀ ਲੋਕ ਤਾਲਿਬਾਨ ਤੋਂ ਬਚਣ ਲਈ ਬੈਰੂਨ ਹੋਟਲ ਵਿੱਚ ਇਕੱਠੇ ਹੋ ਰਹੇ ਹਨ ਇਸ ਦੀ ਸੁਰੱਖਿਆ ਕਰ ਰਹੇ ਪੈਰਾਸ਼ੂਟ ਰੈਜੀਮੈਂਟ ਦੇ ਇੱਕ ਅਧਿਕਾਰੀ ਅਨੁਸਾਰ ਮਾਵਾਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਚੀਕ ਰਹੀਆਂ ਹਨ ਉਨ੍ਹਾਂ ਕਿਹਾ ਕਿ ਮੈਲਾ ਨੇ ਸਾਡੇ ਬੱਚਿਆਂ ਨੂੰ ਬਚਾਓ ਕਹਿ ਕੇ ਬੱਚਿਆਂ ਨੂੰ ਸਾਡੇ ਵੱਲ ਸੁੱਟ ਦਿੱਤਾ ਕੁਝ ਬੱਚੇ ਕੰਡਿਆਲੀ ਤਾਰ ਵਿੱਚ ਵੇ ਡਿੱਗ ਪਏ। ਉਹਨਾਂ ਬਰਤਾਨਵੀ ਫੌਜ ਦੇ ਜਵਾਨਾਂ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਨੂੰ ਨਾਲ ਲੈ ਕੇ ਜਾਓ। ਅਧਿਕਾਰੀ ਨੇ ਕਿਹਾ ਹੈ ਕਿ ਇਸ ਦਿਲ ਦਹਿਲਾਉਣ ਵਾਲਾ ਮੰਜ਼ਰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਸੀ। ਵਿਦੇਸ਼ ਮੰਤਰੀ ਬੇਨ ਬੈਲਸ ਨੇ ਕਿਹਾ ਹੈ ਕਿ ਹਥਿਆਰਬੰਦ ਬਲ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਬਿਨਾਂ ਨਹੀਂ ਲੈ ਸਕਦੇ। ਹਾਲਾਂਕਿ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਯੂਕੇ ਸਰਕਾਰ ਪਰਿਵਾਰਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੇ ਜਹਾਜ਼ਾਂ ਤੱਕ ਲਿਆਉਣ ਦੀ ਪ੍ਰਤੀਕਿਰਿਆ ਜਾਰੀ ਰੱਖੇਗੀ ਉਨ੍ਹਾਂ ਕਿਹਾ ਹੈ ਕਿ ਫੌਜਾਂ 120 ਪਰਿਵਾਰਾਂ ਨੂੰ ਇੱਕ ਜਾਜ ਰਾਹੀਂ ਲੈ ਕੇ ਆ ਰਹੀਆਂ ਹਨ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਅਸੀਂ ਨਾਬਾਲਗਾਂ ਨੂੰ ਪਰਿਵਾਰ ਤੋਂ ਬਿਨਾ ਨਹੀਂ ਲਿਆ ਸਕਦੇ ਰੱਖਿਆ ਮੰਤਰੀ ਨੇ ਖਾਲੀ ਜਹਾਜ਼ਾਂ ਨੂੰ ਕਾਬੁਲ ਤੋਂ ਉਡਾਉਣ ਭਰਨ ਦੀਆਂ ਖਬਰਾਂ ਦਾ ਖੰਡਨ ਵੀ ਕੀਤਾ ਹੈ